ਸਾਰਿਆਂ ਨੂੰ ਤੇ ਪਹਿਲਾਂ ਤੁਸੀਂ ਵਿਆਹ ਦੇ ਬਲੌਗ ਬਹੁਤ ਜ਼ਿਆਦਾ ਦੇਖੇ ਹੋਣੇ ਆ ਮੈਂ ਲਗਭਗ 3-4 ਵੀਡੀਓ ਨਹੀਂ ਉਹ ਤਾਂ ਸ਼ਾਪਿੰਗ ਦੀਆਂ ਨੇ ਤੇ ਅਸੀਂ 3-4 ਵੀਡੀਓ ਸਨੈਰਿਸ ਦੀਆਂ ਹੀ ਪਾਉਂਦੇ ਰਾਂ ਲਗਾਤਾਰ ਤੇ ਹੁਣ ਅਸੀਂ ਫ੍ਰੀ ਹੋਏ ਆ ਜੀ ਮੈਰਿਜ ਤੋਂ ਕੋ ਅੱਜ ਦੀ ਲੜਕੀ ਦਾ ਵਿਆਹ ਸੀਗਾ ਬਹੁਤ ਇੰਜੋਏ ਕੀਤਾ ਅਸੀਂ ਵੀ ਨੈਰਿਸ਼ ਵਿੱਚ ਬਹੁਤ ਪੀਤਾ ਰੱਜੀ ਤੂੰ ਤਾਂ ਕਹਿੰਦੀ ਸੀ ਮੈਨੂੰ ਖਾਣ ਨੂੰ ਮਿਲਿਆ ਨਹੀਂ ਕੋਸ਼ੇ ਵਾਦੂ ਖਾ ਲਿਆ अच्छा असर ਨਹੀਂ ਛੱਡੀ ਵਧੀਆ ਗੱਲ ਆ ਤਾਈਓ ਜਿਆਦੀ ਔਖੀ ਹੋ ਗਈ ਵਿਚਾਰੀ ਨੂੰ ਖੰਸੀ ਜਕਾਮ ਕਈ ਕੁਛ ਹੋ ਗਿਆ ਨਾ ਆ ਅੱਜ ਦੀ ਜਿਹੜੀ ਆਪਣੀ ਸਪੈਸ਼ਲ ਵੀਡੀਓ ਆ ਜੀ ਉਹ ਆਪਣੀ ਸੂਟਾਂ ਤੇ ਆ ਸਭ ਤੋਂ ਪਹਿਲਾਂ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਡਿਸਕ੍ਰਿਪਸ਼ਨ ਦੇ ਵਿੱਚ ਇੰਸਟਾ ਦਾ ਲਿੰਕ ਦਿੱਤਾ ਉਹ ਫੋਲੋ ਕਰ ਲਓ ਤੇ ਆਪਾਂ ਕਰਦੇ ਆ ਜੀ ਵੀਡੀਓ ਨੇ ਸ਼ੁਰੂ ਹਾਂ ਜੀ ਠੀਕ ਆ ਤੇ ਆਪਾਂ ਹੁਣ ਸੂਟਾਂ ਤੇ ਵੀਡੀਓ ਬਣਾਵਾਂਗੇ ਸਪੈਸ਼ਲ ਕਿਉਂਕਿ ਜਿਹੜੇ ਮੇਰੇ ਸੂਟ ਨੇ ਸਾਡੇ ਦੋਨਾਂ ਦੇ ਮੈਰਿਜ ਤੇ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਇਆ ਹਨਾ ਕਮੈਂਟ ਬਹੁਤ ਜ਼ਿਆਦਾ ਆ ਗਏ ਸੀਗੇ ਮੈਂ ਜਵਾਬ ਵੀ ਨਹੀਂ ਦੇ ਸખી ਕਮੈਂਟਾਂ ਦੇ ਤੇ ਕੋਈ ਗੱਲ ਨਹੀਂ ਹੁਣ ਮੈਂ ਤੁਹਾਨੂੰ ਕਮੈਂਟਾਂ ਦੇ ਜਵਾਬ ਵੀ ਦਵਾਂਗੀ ਬਿਲਕੁਲ ਫ੍ਰੀ ਹੋ ਗਈ ਹੋਈਆਂ ਤੇ ਆਪਾਂ ਹੁਣ ਛੇਤੀ ਛੇਤੀ ਜਾ ਕੇ ਸੂਟਾਂ ਦੇ ਬਾਰੇ ਤੁਹਾਨੂੰ ਦਿਖਾਉਣੀ ਆ ਆਪਣੇ ਸੂਟ ਵੀ ਵਿਆਹ ਵਿੱਚ ਤੁਸੀਂ ਪਾਏ ਤਾਂ ਦੇਖ ਹੀ ਲੈ ਹੁਣ ਹਾਂਜੀ ਤੁਸੀਂ ਪਾਏ ਤਾਂ ਵੇਖ ਹੀ ਲੈ ਹੁਣ ਤੁਹਾਨੂੰ ਪੂਰਾ ਦੱਸ ਦਿੰਨੇ ਕਿ ਉਹ ਕਿੰਨੇ ਦੇ ਬਣਿਆ ਤੇ ਕਪੜਾ ਕਿਹੜਾ ਹਾਂਜੀ ਕਪੜਾ ਕਿਹੜਾ ਵਾ ਤੁਹਾਨੂੰ ਦੱਸ ਦਿੰਨੇ ਆ ਜੀ ਕਪੜਾ ਜਿਹੜਾ ਆਪਣਾ ਉਹ ਆਪਣਾ ਜੋਰ ਝੱਟ ਦੇ ਵਿੱਚ ਕਪੜਾ ਵਾ ਤੇ ਸਾਡਾ ਜਿਹੜਾ ਪ੍ਰਾਈਸ ਆ ਇਹ ਸੂਟ ਦਾ 2100 ਦਾ ਸਾਡਾ ਦੋਨਾਂ ਦਾ ਬਣ ਗਿਆ ਸੀਗਾ ਜੀ ਤਿਆਰ ਹੋ ਗਿਆ ਸੀਗਾ ਬਹੁਤ ਸੋਹਣਾ ਫੈਬਰਿਕ ਆ ਦੇਖ ਲੋ ਤੇ ਇਹ ਸਾਡੇ ਜਿਹੜੀ ਲੰਬਾਈ ਆ ਇਹ ਦਰਜੀ ਨੇ ਮੈਨੂੰ ਲੱਗਾ ਸੀ ਪਹਿਲਾਂ ਕਿ ਘੱਟ ਰੱਖੀ ਆ ਪਰ ਸ਼ਰਾਰਿਆਂ ਦੇ ਨਾਲ ਲੰਬਾਈ ਜਿਹੜੀ ਆ ਸ਼ਾਰਟ ਹੀ ਸੋਹਣੀ ਲੱਗਦੀ ਹੁੰਦੀ ਜੰਪਰਾਂ ਦੀ ਤੇ ਲੈਸ ਵੀ ਵੇਸਟ ਕੀਤੀ ਸੀ ਸਹੀ ਕਿਹਾ ਕਿਉਂਕਿ ਮੈਨੂੰ ਉਦੋਂ ਜਿਹੜੀ ਲੈਂਥ ਸੀ ਨਾ ਇਹਦੀ ਬਹੁਤ ਜ਼ਿਆਦਾ ਛੋਟੀ ਲੱਗੀ ਸੀਗੀ ਸੂਟ ਦੀ ਜਦੋਂ ਮੈਂ ਫਸਟ ਟਾਈਮ ਪਾਇਆ ਸੀ ਤੇ ਮੈਂ ਫਿਰ ਉੱਥੋਂ ਦੁਕਾਨ ਤੇ ਗਈ ਫਿਰ ਮੈਂ ਲੈਸ ਵੀ ਲਈ ਉਹ نیچے ਲਗਵਾਈ ਉਹ ਇੰਨੀ ਜ਼ਿਆਦਾ ਭੈੜੀ ਲੱਗੀ ਫਿਰ ਮੈਨੂੰ ਲਵਾਉਣੀ ਪਈ ਲੈਸ ਹਨਾ ਫਿਰ ਖਰਚਾ ਤਾਂ ਉਹ ਵੀ ਹੋ ਗਿਆ ਪਰ ਕੀ ਕਰੀਏ ਨਹੀਂ ਵਧੀਆ ਲੱਗੀ ਲੈਸ ਲੱਗੀ ਹੋਈ ਤੇ ਹੁਣ ਆ ਇਦਾਂ ਦਾ ਦੇਖਿਆ ਤੇ ਫਿਰ ਤੁਹਾਨੂੰ ਇੱਕ ਵਾਰੀ ਰੂਬਰੂ ਕਰਾ ਦਈਏ ਦਿਖਾ ਦਈਏ ਸੂਟ ਨੂੰ ਲਓ ਜੀ ਚੰਗੀ ਤਰ੍ਹਾਂ ਦੇਖ ਲਓ ਸੂਟ ਨੂੰ ਫਿਰ ਤੁਸੀਂ ਤੇ ਸੇਮ ਰੱਜੀ ਦਾ ਵੀ ਸੇਮ ਸੇਮ ਸਾਡੇ ਸੂਟ ਨੇ ਕਹਾਂ ਮੈਂ ਕਹਿੰਦਾ ਆਏ ਤੇ ਆ ਸੇਮ ਸੂਟ ਜੀ ਰੱਜੀ ਦਾ ਸਾਡੇ ਨਾਪ ਵੀ ਇੱਕੋ ਜਿਹਾ ਹੂੰ ਇਹ ਵੀ ਬੜਾ ਵਧੀਆ ਕੰਮ ਸੇਮ ਸੇਮ ਨਾਪ ਆ ਤੇ ਆਹ ਚੜੀ ਗਰੀਬ ਦਾ ਦੁਪੱਟਾ ਆ ਫੜੋ ਰੱਜੀ ਮਾਈਕ ਤੁਹਾਡੀ ਵਾਜ ਨਹੀਂ ਆਣੀ ਆਪਦੇ ਸੂਟ ਦੀ ਮੈਂ ਕਰੂੰਗੀ ਐਂਕਰਿੰਗ ਫੜਾ ਹਾਂਜੀ ਤੇ ਆ ਗਰੀਬ ਬੰਦੇ ਦਾ ਦੁਪੱਟਾ ਥੋੜਾ ਜਿਹਾ ਹਲਕੀ ਲੈਸ ਆ ਲੈਸ ਕਿਉਂਕਿ ਫੜਨਾ ਬਹੁਤ ਡਿਫਿਕਲਟ ਹੁੰਦਾ ਵਿਆਹਾਂ ਵਿੱਚ ਤੇ ਵੈਸੇ ਸੋਹਣੀ ਆ ਤੇਰੀ ਪਸੰਦ ਦੀ ਲੈਸ ਜੀਗੀ ਸੋਹਣੀ ਹੈ ਨਾ ਵੈਸੇ ਬਹੁਤ ਸੋਹਣੀ ਹੈ ਨਾ ਸੋਹਣੀ ਆ ਆ ਦੇਖੋ ਰੱਜੀ ਨੇ ਆ ਵਾਲੀ ਲੈਸ ਲਵਾਈ ਸੀ ਵਿਚਾਰੀ ਦੀ ਵਿੱਚ ਵੀਡੀਓ ਵਿਆਹ ਵਿੱਚ ਵੀ ਨਹੀਂ ਲੈਸ ਲੂਸ ਦਿਖਦੀ ਸੀਗੀ ਹਨਾ ਤੇ ਸਾਨੂੰ ਜਿਹੜੇ ਦੁਪੱਟੇ ਪਏ 900 ਦਾ ਦੁਪੱਟਾ ਸਾਨੂੰ ਪਿਆ ਬਹੁਤ ਵਧੀਆ ਦੁਪੱਟਾ 900 ਦਾ ਪਤਾ ਨਹੀਂ ਇਹਦਾ ਕਪੜਾ ਕਿਹੜਾ ਰਮਣ ਹੈ ਟੱਚ ਨੂੰ हां चनून ਦਾ ਦੁਪੱਟਾ ਵਾਏ ਤੇ ਇਹ 950 900 ਦੇ ਦੁਪੱਟੇ ਦੋਨਾਂ ਦੇ ਪਏ ਨੇ ਤੇ ਬਾਤੇ ਉੱਤੇ लेस ਵੱਖਰੀ ਇਹ लेस ਅਸੀਂ ਇਕੱਠੀ ਲਈ ਸੀ ਮੈਂ ਆਪਦਾ ਦੁਪੱਟਾ ਵੀ ਹੁਣ ਤੁਹਾਨੂੰ ਦਿਖਾ ਦਾਂ ਬਿਲਕੁਲ ਜੀ ਬਿਲਕੁਲ ਤੇ ਮੈਂ ਵੀ ਆ ਗਿਆ ਕਿਉਂਕਿ ਬਹੁਤ ਜ਼ਿਆਦਾ ਸਾਨੂੰ ਵੀ ਕਮੈਂਟ ਆਇਆ ਹੀ ਨਹੀਂ ਕੋਈ ਸਾਡੇ ਕੱਪੜੇ ਕਿਹੋ ਜਿਹੇ ਤੇ ਆ ਮੈਨੂੰ ਪਈ 3500 ਦੀ ਤੇ ਇਹ ਬਹੁਤ ਹੀ ਜ਼ਿਆਦਾ ਮਹਿੰਗੀ ਹੈ ਤੇ ਆ ਮੇਰੇ ਪੈਂਟ ਜਿਹੜੀ ਸੀ ਇਹ ਕਿਨੇ 28 ਗਾਇਸ ਹੁਣ ਮੈਂ ਨਾ ਆਵਾਂ ਫਿਰ ਜਾਣਾ ਵੀ ਕਿਤੇ ਜਾਓ ਜਾਓ ਇਹਨਾਂ ਦੇ ਸਭ ਤੋਂ ਜ਼ਿਆਦਾ ਮਹਿੰਗੇ ਸੀ ਗਾਇਸ ਜੇ ਤੁਸੀਂ ਲੈਣਿਆ ਤੇ ਪਿੰਡ ਰੋਡ ਕੀ ਤੋਂ ਇੱਕ ਗਦਕਾਨ ਦੁਕਾਨ ਆਉਗੀ ਸਾਹਮਣੇ ਉੱਥੇ ਗਾਂ ਬੈਠੀ ਹੋਊਗੀ ਉਹ ਦੁਕਾਨ ਤੋਂ ਇਹਨਾਂ ਨੇ ਕੱਪੜੇ ਲੈ ਲਏ ਹਾਂ ਜੀ ਤਾਂ ਨਿੱਕਰ 5000 ਦੀ ਆਈ ਤੇ ਬਾਕੀ ਹੁਣ ਮੈਂ ਆਪ ਦਾ ਦੁਪੱਟਾ ਤੁਹਾਨੂੰ ਦਿਖਾ ਦਾਂ ਦੁਪੱਟਾ ਬਹੁਤ ਹੈਵੀ ਹੈ ਮੇਰਾ ਦੁਪੱਟੇ ਦੀ ਲੈਸ ਮੈਨੂੰ ਬਹੁਤ ਜ਼ਿਆਦਾ ਪਸੰਦ ਆਈ ਸੀ ਦੁਪੱਟੇ ਦੀ ਜਿਹੜੀ ਲੈਸ ਹੈ ਨਾ ਸੱਚਾ ਜ਼ਿਆਦਾ ਹੈਵੀ ਲੈਸ ਆ ਵੈਸੇ ਮੈਂ ਤੁਹਾਨੂੰ ਦੱਸਣੀ ਆ ਕਿ ਕਿਦਾਂ ਲਈ ਜਾਰੀ ਸੋਹਣੀ ਲੱਗਣੀ ਸੀ ਧਿਆਨ ਨਾਲ ਜੀ ਫੜੋ ऐसे ली हुई बहुत अच्छी लगनी है ओके okay, यस yes. नहीं है मैंने चलो रहम जी लगी ये आपा नु 2800 3000 ਦੇ ਵਿੱਚ ਸਾਨੂੰ ਦੋਨਾਂ ਦੀਆਂ ਲੈਸਾਂ ਪੈ ਗਈਆਂ ਸੀਗਾ ਦਿੱਲੀ ਗੇਟ ਦਿੱਲੀ ਗੇਟ ਤੋਂ ਬਹੁਤ ਸੋਹਣੀਆਂ ਲੈਸਾਂ ਮਿਲਦੀਆਂ ਸ਼ਾਪ ਤੇ ਤੇ ਬਹੁਤ ਵਧੀਆ ਲੈਸਾਂ ਹੁੰਦੀਆਂ ਮੈਂ ਤਾਂ ਉੱਥੇ ਹੀ ਲੈਣੀ ਹੁੰਦੀ ਆ ਤੇ ਇੱਕ ਵਾਰੀ ਅਸੀਂ ਗਏ ਸੀਗੇ ਉਦੋਂ ਸਾਨੂੰ ਜਿਹੜੀ ਸ਼ਾਪ ਸੀਗੀ ਲੈਸਾਂ ਵਾਲੀ ਬੰਦ ਮਿਲੀ ਸੀਗੀ ਔਰ ਇੱਕ ਵਾਰੀ ਜੋੜ ਹੀ ਦੇ ਹਨਾ ਜੋੜ ਦੇ ਰਾਜੀ ਅਗਲੀ ਮੈਂ ਚੀਜ਼ ਦਿਖਾਦਾ ਹਾਂ ਨੀ ਤੇ ਬਾਕੀ ਸ਼ਰਾਰੇ ਤੁਸੀਂ ਸਿੰਪਲ ਹੀ ਆ ਬਿਲਕੁਲ ਆ ਉਪਰੋਂ ਤੰਗ ਬਣਾਏ ਸੀਗੇ ਸ਼ਰਾਰੇ ਤੇ ਨੀਚੋਂ ਜਿਹੜਾ ਉਹ ਖੁੱਲਾ ਬਣਿਆ ਹੋਇਆ ਆਪਣਾ ਸਾਰਾ ਸ਼ਰਾਰਾ ਨਾ ਤੇ ਇਹਦੇ ਤੇ ਜਿਹੜੀ ਲੈਸ ਆ ਉਹ ਦੇਖ ਲਓ ਜੇ ਸਾਡੇ ਜਿਹੜੇ ਜੈਂਪਰ ਵਾ ਉਹ ਇੱਥੋਂ ਤੱਕ ਆਉਂਦੇ ਆ ਨਹੀਂ ਥੋੜੇ ਇੱਥੋਂ ਤੱਕ ਥੋੜੇ ਉੱਚੇ ਜੇ ਰਹਿ ਜਾਂਦੇ ਆ ਪਰ ਵਧੀਆ ਲੱਗਦੇ ਬਹੁਤ ਸੋਹਣੇ ਲੱਗਦੇ ਸੀਗੇ ਬਹੁਤ ਵਧੀਆ ਲੱਗੇ ਪਾਏ ਹੋਏ ਚਲੋ ਹੁਣ ਇਹ ਤਾਂ ਹੋ ਗਏ ਜੀ ਸਾਡੇ ਸੂਟ ਤੇ ਤੁਹਾਨੂੰ ਪਤਾ ਲੱਗ ਗਿਆ ਕਿੰਨੇ ਚ ਪੈ ਗਿਆ ਹੋਊਗਾ ਸੂਟ ਐਸਟੀਮੇਟ ਲਾ ਲਿਓ ਕਿੰਨੇ ਚ ਪੈ ਗਿਆ ਕਿਉਂਕਿ ਆਪਾਂ ਕੁਛ ਜੈਂਪਰ ਦਾ ਕੱਪੜਾ ਲਿਆ ਤੁਹਾਨੂੰ ਜਿੱਦਾਂ ਦਿਖਾਇਆ ਤੇ ਜਿਹੜਾ ਸ਼ਰਾਰੇ ਦਾ ਕੱਪੜਾ ਹੈ ਆਪਣਾ ਜੋਰ ਜੱਟ ਦੇ ਵਿੱਚ ਕੱਪੜਾ ਵਾ ਇਹ ਸਾਨੂੰ 300 ਰੁਪਏ ਮੀਟਰ ਪੈ ਗਿਆ ਹਨਾ ਆਪਾਂ ਨੂੰ ਤੇ ਜਿਹੜਾ ਦੁਪੱਟੇ ਉਹ ਵੀ ਤੁਹਾਨੂੰ ਦੱਸ ਦਿੱਤਾ ਕਿੰਨੇ ਵਿੱਚ ਸੂਟ ਪੈ ਗਿਆ ਕਿੰਨੇ ਵਿੱਚ ਪੈ ਗਿਆ ਹੋਊਗਾ ਰੱਜੀ ਪੂਰਾ ਸੂਟ 7000 ਚ ਪੈ ਗਿਆ ਨਾ ਸੂਟ ਪੈ ਗਿਆ ਹਨਾ ਇੰਨੇ ਵਿੱਚ ਪੈ ਗਿਆ ਜਿੰਨੇ ਰੱਜੀ ਦੇ ਵਾਲਾਂ ਤੇ ਲਾਤ ਤੇ ਨਾ ਅਸੀਂ ਓਨੇ ਸੂਟ ਤੇ ਲੱਗ ਗਏ ਸਾਡੇ ਪੈਸੇ ਹਨਾ ਤੇ ਬਾਕੀ ਮੰਮੀ ਦਾ ਸੂਟ ਮੰਮੀ ਦਾ ਸੂਟ ਵੀ ਤੁਹਾਨੂੰ ਦਿਖਾ ਦਈਏ ਮੰਮੀ ਨੇ ਜਿਹੜਾ ਵਿਆਹ ਤੇ ਪਾਇਆ ਸੂਟ ਆ ਲਾਜੀ ਮੰਮੀ ਦਾ ਸੂਟ ਪਿੰਕ ਕਲਰ ਦਾ ਤੁਹਾਡੇ ਵੀ ਦਿਖਾ ਦਿਓ ਹਾਂ ਹਾਂ ਤੁਹਾਡੇ ਵੀ ਦਿਖਾ ਦੇ ਆ ਮੁੰਡਿਆਂ ਦੇ ਨਹੀਂ ਨਾ ਵੀਰੇ ਕੋਈ ਵੇਂਦਾ ਕੀ ਕਰ ਗਿਆ ਅਸੀਂ ਮੰਮੀ ਦਾ ਸੂਟ ਪਿੰਕ ਕਲਰ ਦਾ ਰੰਗ ਬਹੁਤ ਜ਼ਿਆਦਾ ਪਸੰਦ ਆਇਆ ਸੀਗਾ ਸਾਨੂੰ ਉੱਥੇ ਸ਼ਾਪ ਤੇ ਤੇ ਇਹਦੇ ਵਿੱਚ ਜਿਹੜੀ ਕਢਾਈ ਆ ਉਹ ਇਹ ਵਾਲੀ ਆ ਚਾਹੇ ਪਾਉਂਦੀਆਂ ਸੂਟ ਮੁੰਡਿਆਂ ਦੇ ਹੂੰ ਹੂੰ ਚਾਰਕ ਫੋਲਣੇ ਜਿਹੜੇ ਇੱਥੇ ਮੰਮੀ ਦੇ ਇਹ ਆਪਾਂ ਨੂੰ 4000 ਚ ਪਿਆ ਨਾ ਜੀ ਇਹ ਮਿੰਗਾ ਪਿਆ ਸੂਟ ਨਹੀਂ ਨਹੀਂ ਮੰਮੀ ਇਹ ਕਿੰਨੇ ਦਾ ਸੈਲਟਿਕ ਸੂਟ ਦਾ 4000 ਦਾ ਮੰਮੀ ਕਹਿੰਦੇ ਇਹ ਸਾਨੂੰ 4000 ਦੇ ਵਿੱਚ ਪੈ ਗਿਆ ਇਹ ਸਾਨੂੰ ਸਭ ਤੋਂ ਮਹਿੰਗਾ ਲੱਗਾ ਸੂਟ ਕਿਉਂਕਿ ਇਹਦੇ نیچے ਆ ਸਿਰਫ ਫੁੱਲ ਆ ਬਸ ਹਨਾ ਹੋਰ ਕਿਤੇ ਵੀ ਕਢਾਈ ਨਹੀਂ ਥੋੜੀ ਜਿਹੀ ਇੱਥੇ ਕਾ ਬਸ ਇਹ ਬਹੁਤ ਮਹਿੰਗਾ ਪਿਆ ਸਾਨੂੰ ਇਸ ਕਰਕੇ ਮੈਂ ਇਦਾਂ ਦੇ ਸੂਟ ਲੈਣ ਨਾਲੋਂ ਨਾ ਮੈਂ ਦੂਸਰੇ ਵੇਖਦੀ ਹੁੰਨੀ ਆ ਜਿੱਦਾਂ ਮੈਂ ਆ ਹੁਣ yellow color ਦਾ ਲਿਆ ਫੈਬਰਿਕ ਵੇਖਦੀ ਹੁੰਨੀ ਜ਼ਿਆਦਾਤਰ ਤੇ ਇਹਦਾ ਦੁਪੱਟਾ ਵੀ ਬਿਲਕੁਲ ਸਿੰਪਲ ਆ ਥੋੜੇ ਥੋੜੇ ਵਿੱਚ ਫੁੱਲ ਬਣੇ ਹੋਏ ਨੇ ਜਿੱਦਾਂ ਕੀ ਆ ਦੇਖ ਲਓ ਇੱਕ ਕੀ ਫੋਲਾ ਇਧਰ ਛੋਟੇ ਛੋਟੇ 2-3 ਫੁੱਲ ਹੈਗੇ ਨੇ ਇਦਾਂ ਆ ਸਿੰਪਲੀ ਆ ਵੈਸੇ ਦੁਬੱਟਾ ਸੋਹਣਾ ਆ ਦਾ ਚਲੋ ਜੀ ਤੇ ਆਪਾਂ ਅੱਜ ਤੁਹਾਡੇ ਨਾਲ ਸੂਟਾਂ ਦੀ ਵੀਡੀਓ ਸ਼ੇਅਰ ਕਰ ਦਿੱਤੀ ਆ ਜੀ ਤੇ ਤੁਸੀਂ ਜਿੱਦਾਂ ਪੁੱਛਿਆ ਸੀ ਥੋਂ ਲਿਆ ਤੁਸੀਂ ਸਾਡੇ ਜਿਹੜੇ yellow suit ਨੇ ਤੇ ਇਹ ਅਸੀਂ ਫਿਰੋਜ਼ਪੁਰੋਂ ਹੀ ਲਿਆ ਆਪਣੇ ਸ਼ਹਿਰੋਂ ਹੀ ਫੈਬਰਿਕ ਤੇ ਬਹੁਤ ਵਧੀਆ ਸੂਟ ਮਿਲਦੇ ਨੇ ਤੇ ਤੁਸੀਂ ਵੀ ਜੇਕਰ ਕਿਸੇ ਨੇ ਲੈਣੇ ਹੋਣ ਤਾਂ ਉੱਥੋਂ ਲੈ ਸਕਦੇ ਹੋ ਬਹੁਤ ਵਧੀਆ ਸੂਟ ਮਿਲਦੇ ਨੇ ਫੈਬਰਿਕ ਵਗੈਰਾ ਉਹ ਤਾਂ ਬਾਕੀ ਆਪਦੀ ਚੁਆਇਸ ਹੁੰਦੀ ਆ ਨਾ ਕਿਸੇ ਨੂੰ ਕੁਝ ਪਸੰਦ ਕਿਸੇ ਨੂੰ ਕੁਝ ਪਸੰਦ ਆਉਂਦਾ ਸੁਣੀ ਰੱਜੀ ਆਪਣੇ ਇਅਰਿੰਗਸ ਲੈ ਆ ਤਾਨੂੰ ਇਅਰਿੰਗਸ ਵੀ ਸਾਡੇ ਦਿਖਾ ਦਈਏ ਹੁਣ ਰੱਜੀ ਦਾ ਵੀ ਨੈਕਲੇਸ ਤੁਹਾਨੂੰ ਬਹੁਤ ਪਸੰਦ ਆ ਰੱਜੀ ਦਾ ਨੈਕਲੇਸ ਆ ਲੈ ਕੇ ਆ ਜਲਦੀ ਮੈਂ ਦਾਇਆ ਉਹ ਵੀ ਤੁਹਾਨੂੰ ਦੱਸ ਦਿੰਦੇ ਹੁਣ ਹਾਂਜੀ ਜਿਹੜਾ ਰੱਜੀ ਨੇ ਪਾਇਆ ਸੀਗਾ ਨੈਕਲੇਸ ਇਹ ਮੈਨੂੰ ਪ੍ਰਾਈਸ ਨਹੀਂ ਪਤਾ ਹੈਗਾ ਕਿਉਂਕਿ ਇਹ ਮੈਨੂੰ ਗਿਫਟ ਗਿਫਟ ਮਿਲਿਆ ਸੀਗਾ ਇਹ ਮੈਨੂੰ ਜਿਹੜਾ ਰੱਜੀ ਹੂੰ ਫਸਟ ਟਾਈਮ 라 ਜੀਨੇ ਪਾਇਆ ਹਨਾ ਐਂਡ ਪਾ ਮੈਂ ਨੇ ਲੀ ਦੂਸਰੀ ਸਾਈਡੇ ਤੇ ਹੋਆ ਵੈਰੀ ਨਾਈਸ ਇਅਰਿੰਗਸ ਇਅਰਿੰਗਸ ਟਿੱਕਾ ਆ ਦੇਖੋ ਇਅਰਿੰਗਸ ਟਿੱਕਾ ਵਗੈਰਾ ਇੱਧਰ ਆ ਮੈਂ ਆਪਣਾ ਵੀ ਹੁਣ ਇਅਰਿੰਗਸ ਦਿਖਾ ਦਾਂ ਆ ਵੀ ਆਪ ਕੀ ਆ ਤੇ ਆ ਜਿਹੜੇ ਮੈਂ ਉਹ ਹੋਰ ਆ ਆ ਇਅਰਿੰਗਸ ਮੈਂ ਮੇਰੇ ਰਿਸ਼ਤੇ ਪਾਏ ਸੀਗੇ ਰੱਜੀ ਲੱਗੇ ਲੈ ਆ ਆ ਫਾਟ ਦਿਖਾ ਦੇ ਤੋ ਇਹ ਦੇਖੀ ਜਿਹੜੇ ਮੈਂ ਇਅਰਿੰਗਸ ਪਾਏ ਸੀਗੇ ਵਿਆਹ ਵਿੱਚ ਉਹ ਆ ਵਾਲੇ ਸੀਗੇ ਆਵੇਂ ਗਾਇਸ ਦੇਖ ਲੋ ਸੋਹਣੇ ਲੱਗੇ ਸੀਗੇ ਤੇ ਇਹ ਆਪਾਂ ਨੂੰ ਮਿਲੇ ਆ ਜੀ 590 ਦੇ ਸਾਨੂੰ ਦੋਨੋਂ ਪੈ ਨੇ 600 ਦੇ ਲਾ ਲਓ ਹਣਾ ਹਾਂ ਯਾ ਬਹੁਤ ਸੋਹੰਦੇ ਹਨ ਜੇ ਤੁਹਾਨੂੰ ਸੇਮ ਮਿਲਿਆ ਤੁਸੀਂ ਵੀ ਲੈ ਲਿਓ ਹਿੱਥੋਂ ਕਿਤੇ ਸ਼ਾਪ ਤੋਂ ਤੇ ਸਾਡੇ ਲਈ ਰੱਖ ਲਿਓ ਹਾਂਜੀ ਟਿੱਕਾ ਰੱਜੀ ਟਿੱਕਾ ਤਾਂ ਗਾਇਜ਼ ਮੈਂ ਉਦਾਂ ਹੀ ਲਾ ਲਿਆ ਸੀਗਾ ਕਸ ਸੱਚੀ ਪ੍ਰਾਣਾ ਸੀਗਾ ਤੇ ਜਿਹੜਾ ਪ੍ਰਾਣਾ ਸੀ ਮੈਂ ਉਹ ਹੀ ਲਾ ਲਿਆ ਸੀ ਮੈਚ ਮੂੰਹ 'ਚ ਹੋ ਹੀ ਗਿਆ ਸੀਗਾ ਤੇ ਬਾਕੀ ਕਿਉਂਕਿ ਮੇਰਾ ਦੁਪੱਟਾ ਹੈਵੀ ਸੀਗਾ ਇਹਦਾ ਕਰਕੇ ਮੈਂ ਗਾਲ ਵਿੱਚ ਨਹੀਂ ਪਾਇਆ ਸੀਗਾ ਤੇ ਬਾਕੀ ਇਅਰਿੰਗਸ ਬਹੁਤ ਜ਼ਿਆਦਾ ਹੈ ਵੀ ਹੋ ਗਏ ਸੀਗੇ ਉਹ ਨਹੀਂ ਵਧੀਆ ਲੱਗਦਾ ਸੀ ਗਾਲ ਵਿੱਚ ਕੁਝ ਪਾਇਆ ਹੋਇਆ ਤੇ ਬਸ ਦਿਖਾ ਦਿੱਤੇ ਤੁਹਾਨੂੰ ਸੂਟ ਤੇ ਦਿਖਾ ਦਿੱਤੇ ਤੁਹਾਨੂੰ ਇਅਰਿੰਗਸ ਤੇ ਲਾਪਰਿਕ ਉਹਨਾਂ ਦੇ ਸੂਟ ਦੀ ਕੋਈ ਕਸਰ ਰਹਿ ਗਈ ਆ ਤੁਹਾਨੂੰ ਲੱਗਦਾ ਕਿ ਉਹਨਾਂ ਦੇ ਵੀ ਦਿਖਾਏ ਜਾਣ ਤੇ ਫੇ ਆਪਾਂ ਕੋਈ ਨਵੀਂ ਵੀਡੀਓ ਲੈ ਕੇ ਆਵਾਂਗੇ ਪਰੇ ਤੂੰ ਕਹੇ ਨਾ ਨਹੀਂ ਦੇਖਣੇ ਲੈ ਮੁੰਡਿਆਂ ਦੇ ਕੱਪੜੇ ਕਹਿੰਦੇ ਘੱਟ ਵੇਂਦੇ ਕੀ ਕਰੀਏ ਰੱਜੀ ਆਜੋ ਫੇ ਤੁਸੀਂ ਇੱਥੇ ਦਸ਼ਕੋ ਕੀ ਕਰਨਾ ਆਜੋ ਪਧਾਰੋ ਜੀ ਆਜੋ ਆਜੋ ਬਾਹਰ ਬਾਹਰ ਜੋ ਤੇ ਹਾਂ ਜੀ ਅ ਜਿਸ ਕਾਰਨ ਕਹਿ ਰਿਹਾ ਕਿ ਮੁੰਡਿਆਂ ਦੇ ਕੱਪੜੇ ਨਹੀਂ ਕੋਈ ਦੇਖਦਾ ਹੈਗਾ ਤੇ ਕੁੜੀਆਂ ਦੇ ਕੱਪੜੇ ਦੇਖਦੇ ਆ ਜੇ ਅਸੀਂ ਆਪਦੇ ਗਾਇਜ਼ ਜ਼ਰੂਰ ਦੇਖਿਓ ਇਹਨਾਂ ਦੇ ਹਾਂਜੀ ਦੇਖ ਲਿਓ ਜੀ ਇਹ ਆਪਦੇ ਚੈਨਲ ਤੇ ਵੀਡੀਓ ਜ਼ਰੂਰ ਪਾਉਣਗੇ ਕਿ ਇਹਨਾਂ ਨੇ ਕੋਈ ਫਰਕ ਥੋੜੀ ਪੈਂਦਾ ਹੈ ਕਿ ਵੇਖਣ ਦਾ ਇਹਨਾਂ ਨੇ ਵਿਆਹ ਤੇ ਕਿਹੜੇ-ਕਿਹੜੇ ਕੱਪੜੇ ਪਾਏ ਆ ਉਹ ਆਪਦੇ ਚੈਨਲ ਤੇ ਵੀਡੀਓ ਪਾਉਣਗੇ ਤੇ ਤੁਸੀਂ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਠੀਕ ਆ ਪਲੀਜ਼ ਗਾਇਜ਼ ਜ਼ਰੂਰ ਦੇਖਿਓ ਨਾ ਦੇਖਿਓ ਤੂੰੀ ਉਹ ਕੀ ਕੱਪੜੇ ਬਖੋਰੇ ਨਹੀਂ ਨਹੀਂ ਤੇ ਹਾਂਜੀ ਵੀਡੀਓ ਨੂੰ ਕਰ ਦਈਏ ਆਪਾਂ ਐਂਡ ਹਾਂ ਤੇ ਇੰਸਟਾਗ੍ਰam ਤੇ ਮੈਨੂੰ ਫੋਲੋ ਕਰ ਲਿਓ ਮੈਂ ਕੈਮਰਾਮੈਨ ਕਰ ਲਿਓ ਕਰ ਲਿਓ ਜਿਸ ਕਾਰਨ ਨੂੰ ਫੋਲੋ ਕਰ ਲਿਓ ਹਾਂ ਜੇ A S ਹਾਂਜੀ ਜਸ ਜਸ ਹੰਡਾ ਫੋਲੋ ਕਰ ਲਿਓ ਰਮਨ ਖਿੰਡਾ ਨੂੰ ਫੋਲੋ ਕਰ ਲਿਓ ਤੇ ਜੀ ਹਾਂਡਾ ਨੂੰ ਫੋਲੋ ਕਰ ਰੱਜੀ ਅੰਡਾ ਤਾਂ ਕਿਤੇ ਹੈ ਹੀ ਨਹੀਂ ਆ ਇਹਦਾ ਜਿਹੜਾ ਫੋਨ ਸੀਗਾ ਟੋਕੇ ਵਿੱਚ ਆ ਗਿਆ ਸੀ ਹਜੇ ਵਿਚਾਰੀ ਨੂੰ ਨਮਾ ਨਹੀਂ ਮਿਲਿਆ ਅਸੀਂ ਨਮਾ ਲੈ ਕੇ ਦੇਵਾਂਗੇ ਹਾਂ ਫਿਰ ਤੁਹਾਨੂੰ ਉਹ ਵੀਡੀਓ ਜ਼ਰੂਰ ਪਾਵਾਂਗੇ ਇਹਨੂੰ ਨਮਾ ਰੱਜੀ ਨੂੰ ਜਦੋਂ ਫੋਨ ਲੈ ਕੇ ਦਵਾਂਗੇ ਨਾ ਫਿਰ ਜਾਸਬ ਲੌਗ ਤੇ ਆਪਾਂ ਵੀਡੀਓ ਪਾਵਾਂਗੇ ਇਹਨੂੰ ਹਣਾ ਰੱਜੀ ਹਾਂ ਹਾਂ ਮੈਂ ਲਈ ਦੱਸਦਾ ਚਲੋ ਜੀ ਫੇਰ ਮਿਲਾਂਗੇ ਆਪਾਂ ਕੱਲ ਨੂੰ ਨਵੀਂ ਵੀਡੀਓ ਲੈ ਕੇ ਦਰ ਤੱਕ ਲਈ ਤੰਦਰੁਸਤੀਆਂ ਬਖਸ਼ੋ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ